ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਦੇ ਵਿੱਚ ਪ੍ਰਦੇਸ਼ ਅਧਿਆਕਸ਼ ਨਿਯੁਕਤ ਕੀਤਾ ਹੈ ਅਤੇ ਮੇਰੇ ਨਾਲ ਉਹ ਮੌਜੂਦ ਨੇ ਹਰਮੀਤ ਸਿੰਘ ਕਾਲਕਾ। ਕਾਲਕਾ ਜੀ, ਹੁਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਜ਼ਿੰਮੇਵਾਰੀ ਤੁਹਾਡੇ ਮੋਢੇ 'ਤੇ ਨੇ, ਚੋਣ ਜ਼ਾਬਤਾ ਲੱਗ ਚੁੱਕਾ ਹੈ, ਕਿਸ ਤਰ੍ਹਾਂ ਤਿਆਰੀਆਂ? ਮੈਂ ਸਮਝਦਾ ਕਿ ਦਿੱਲੀ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਚੋਣਾਂ ਲੜਨੀਆਂ ਨੇ ਉਹਨਾਂ ਨੇ ਆਪਣੀਆਂ ਤਿਆਰੀਆਂ ਆਲਮੋਸਟ ਪਹਿਲੇ ਹੀ ਪੂਰੀਆਂ ਕੀਤੀਆਂ ਹੋਈਆਂ ਨੇ, ਕਿਉਂਕਿ ਉਹਨਾਂ ਨੂੰ ਸਾਫ਼ ਹੈ। ਬਟ ਪਾਰਟੀ ਨੇ ਹੁਣ ਇਹ ਚੀਜ਼ ਦੇਖਣੀ ਹੈ ਕਿ ਕਿਹੜਾ ਜਿੱਤਣ ਵਾਲਾ ਕੈਂਡੀਡੇਟ ਹੈ, ਜਿਹੜਾ ਪਾਰਟੀ ਨੂੰ ਅੱਗੇ ਵਧਾ ਸਕਦਾ, ਜਿਹੜਾ ਚੋਣ ਜਿੱਤ ਸਕਦਾ। ਔਰ ਜਿਹੜੇ ਸਾਡੇ ਕੋਲੋਂ ਕੈਂਡੀਡੇਟਸ ਬਾਇਓਡਾਟਾਜ਼ ਆਏ ਨੇ, ਅਸੀਂ ਉਹਨਾਂ ਦੇ ਉੱਤੇ ਸਰਵੇ ਕਰਾਵਾਂਗੇ। ਔਰ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ ਪਾਰਟੀ ਹਾਈਕਮਾਂਡ ਵੱਲੋਂ, ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ, ਸਰਦਾਰ ਸ਼੍ਰੀ ਨਰੇਸ਼ ਗੁਜਰਾਲ ਦੀ ਅਤੇ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਇਹਨਾਂ ਤਿੰਨਾਂ ਨਾਲ ਬੈਠ ਕੇ ਡਿਸਕਸ ਕੀਤਾ ਜਾਏਗਾ। ਔਰ ਪਾਰਟੀ ਸਰਵੇ ਕਰਨ ਤੋਂ ਬਾਅਦ ਹੀ ਨਿਸ਼ਪਕਸ਼ ਹੋ ਕੇ ਕੈਂਡੀਡੇਟ ਉਤਾਰੇਗੀ। ਕਿੰਨੀਆਂ ਸੀਟਾਂ 'ਤੇ ਅਕਾਲੀ ਦਲ ਆਪਣੇ ਸਿੰਬਲ 'ਤੇ ਲੜੇਗਾ, ਕਿੰਨੀਆਂ ਬੀਜੇਪੀ ਦੇ ਸਿੰਬਲ? ਅੱਜ ਦੇਖੋ, ਇਹ ਹਲੇ ਫੈਸਲਾ ਪਾਰਟੀ ਮਿਲ ਕੇ ਕਰਾਂਗੇ, ਹਲੇ ਦੇ ਉੱਤੇ ਇਟਸ ਟੂ ਅਰਲੀ ਟੂ ਸੇ, ਬਟ ਆਉਣ ਵਾਲਾ ਸਮਾਂ 3-4 ਦਿਨਾਂ ਦੇ ਵਿੱਚ ਕਾਫੀ ਕਲੈਰਿਟੀ ਆ ਜਾਏਗੀ। ਇਸ ਤੋਂ ਪਹਿਲਾਂ ਮਨਜੀਤ ਸਿੰਘ ਜੀ ਕੇ ਪ੍ਰਧਾਨ ਹੁੰਦੇ ਸੀ, ਉਹਨਾਂ 'ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ, ਹੁਣ ਤੁਸੀਂ ਅਹੁਦਾ ਸਾਂਭਿਆ ਹੈ, ਕਿੰਨੀ ਚੁਣੌਤੀ ਹੋਏਗੀ ਅੱਗੇ, ਕਿਉਂਕਿ ਉਹ ਪੁਰਾਣੀ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਫਿਰ? ਦੇਖੋ, ਮੈਂ ਆਲਰੇਡੀ ਇਸ ਦੇ ਉੱਤੇ ਵਰਕਿੰਗ ਕਰ ਰਿਹਾ, ਕਿਉਂਕਿ ਮੈਂ ਬਤੌਰ ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ ਚੁਣੌਤੀਆਂ ਨੂੰ ਆਲਰੇਡੀ ਅਸੀਂ ਫੇਸ ਕਰ ਰਹੇ ਹਾਂ। ਪਿਛਲੇ 1 ਸਾਲ ਦੇ ਵਿੱਚ ਤਕਰੀਬਨ 10 ਮਹੀਨਿਆਂ ਦੇ ਵਿੱਚ ਅਸੀਂ ਕਾਫੀ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਮਗਰ ਸਾਡਾ ਜਿਹੜਾ ਸਭ ਤੋਂ ਵੱਡਾ ਡੈਫੀਸ਼ੀਟ ਸਾਡਾ ਸਕੂਲਾਂ ਦੀ ਸੈਲਰੀਜ਼ ਦਾ ਹੈ, ਜਿਹਦੇ ਪ੍ਰੋਬਲਮਸ ਆਉਂਦੀਆਂ ਨੇ, ਉਹਨੂੰ ਅਸੀਂ ਓਵਰਕਮ ਕਰਨ ਵਾਸਤੇ ਹੁਣ ਕੋਈ ਨਾ ਕੋਈ ਪੋਲਿਸੀਜ਼ ਇਸ ਇਲੈਕਸ਼ਨ ਤੋਂ ਬਾਅਦ ਜ਼ਰੂਰ ਲਿਆਵਾਂਗੇ, ਕਿਉਂਕਿ 1 ਮਹੀਨੇ ਦਾ ਟਾਈਮ ਹੈ। ਉਸ ਤੋਂ ਬਾਅਦ ਕੋਈ ਨਾ ਕੋਈ ਇਹੋ ਜਿਹੀ ਪੋਲਿਸੀ ਲਿਆਵਾਂਗੇ ਤਾਂ ਕਿ ਕੰਮ ਕਰਨ ਵਾਲੇ ਬੰਦੇ ਨੂੰ ਉਹਦੇ ਟਾਈਮ ਸਿਰ ਤਨਖਾਹ ਮਿਲ ਸਕੇ। ਅਸੀਂ ਕੋਸਟ ਕਟਿੰਗ ਪੂਰੀ ਤਰੀਕੇ ਕੀਤੀ, ਉਸ ਕੋਸਟ ਕਟਿੰਗ ਦਾ ਫਾਇਦਾ ਇਹੀ ਹੋਇਆ ਕਿ ਅਸੀਂ 1 ਸਾਲ ਦੇ ਵਿੱਚ ਤਕਰੀਬਨ 10 ਕਰੋੜ ਰੁਪਈਆ ਗੁਰਦੁਆਰਾ ਕਮੇਟੀ ਤੋਂ ਸਕੂਲਾਂ ਦੇ ਵਿੱਚ ਟ੍ਰਾਂਸਫਰ ਕੀਤਾ, ਜਿਹਦੇ ਕਰਕੇ ਸਾਨੂੰ ਰਾਹਤ ਮਿਲੀ। ਆਮ ਆਦਮੀ ਪਾਰਟੀ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਲਗਾਇਆ ਹੋਇਆ ਰਣਨੀਤੀ ਬਣਾਉਣ ਵਾਸਤੇ, ਅਕਾਲੀ ਦਲ ਵੀ ਕੋਈ ਰਣਨੀਤੀਕਾਰ ਲਿਆਵੇਗਾ? ਦੇਖੋ, ਅਕਾਲੀ ਦਲ ਨੂੰ ਰਣਨੀਤੀਕਾਰ ਦੀ ਲੋੜ ਕੋਈ ਨਹੀਂ ਹੈ, ਕਿਉਂਕਿ ਸਾਡੇ ਕੋਲੋਂ ਹਿੰਦੁਸਤਾਨ ਕੀ, ਮੈਂ ਸਮਝਦਾ ਕਿ ਵਰਲਡ ਦੇ ਵਿੱਚ ਸਭ ਤੋਂ ਐਕਸਪੀਰੀਅੰਸਡ ਅਗਰ ਕੋਈ ਪੋਲੀਟੀਸ਼ੀਅਨ ਜਾਂ ਦੂਰਦਰਸ਼ੀ ਰੱਖਣ ਵਾਲਾ ਔਰ ਪੰਥ ਦਾ ਹਿਤੈਸ਼ੀ ਹੈ ਤਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਹੈ ਨੇ ਸਾਡੇ ਕੋਲੋਂ, ਉਹਨਾਂ ਦੀ ਜੋ ਦੂਰ ਅੰਦੇਸ਼ੀ ਹੈ ਅਸੀਂ ਉਹਦੇ ਨਾਲ ਬੜਾ ਕੁਝ ਸਿੱਖਿਆ, ਔਰ ਉਹਨਾਂ ਦੀ ਬਲੈਸਿੰਗਸ ਦੇ ਨਾਲ ਹੀ ਇਹ ਚੋਣ ਲੜੀ ਜਾਏਗੀ। ਔਰ ਮੈਂ ਸਮਝਦਾ ਕਿ ਬੜੀ ਅੱਛੀ ਰਣਨੀਤੀ ਪਾਰਟੀ ਹਾਈਕਮਾਂਡ ਅਕਾਲੀ ਦਲ ਮਾਮਲਾ ਕਾਂਗਰਸ ਨਾਲ ਜ਼ਿਆਦਾ ਜ਼ਬਰ ਤੁਸੀਂ ਦੇਖ ਰਹੇ ਜ਼ੋਰਦਾਰ ਜਾਂ ਆਮ ਆਦਮੀ ਪਾਰਟੀ ਨਾਲ? ਦੇਖੋ, ਹਰ ਸੀਟ ਦਾ ਅਲੱਗ ਅਲੱਗ ਹੈ, ਬਟ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ, ਕਿਉਂਕਿ ਰੂਲਿੰਗ ਪਾਰਟੀ ਹੈ ਔਰ ਇਹਦਾ ਲੜਾਈ ਸਾਡੀ ਜਿਹੜੀ ਵੀ ਹੋਏਗੀ ਸਿੱਧੀ ਆਮ ਆਦਮੀ ਪਾਰਟੀ ਨਾਲ ਹੋਏਗੀ। ਅਗਰ ਮੇਰੀ ਸੀਟ ਦੇ ਉੱਤੇ ਦੇਖਿਆ ਜਾਏ ਤਾਂ ਉੱਥੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੈ ਸੁਭਾਸ਼ ਚੋਪੜਾ ਜੀ, ਇਹ ਹੁਣ ਉਹਨਾਂ ਨੇ ਦੇਖਣਾ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਚੋਣ ਲੜਨੀ ਹੈ, ਸਾਡਾ ਜਿਹੜੀ ਉੱਥੇ ਏਰੀਆ ਦੇ ਵਿੱਚ ਰਹੇਗੀ ਉੱਥੇ ਕੋਈ ਫਾਈਟ ਰਹੇਗੀ। ਬਿਲਕੁਲ, ਇਹ ਨੇ ਮੇਰਾ ਹਰਮੀਤ ਸਿੰਘ ਕਾਲਕਾ, ਜਿਹੜੇ ਕਿ ਹੁਣ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਬਣਾਏ ਗਏ ਨੇ। ਚੁਣੌਤੀਆਂ ਕਾਫੀ ਨੇ, ਇਹਦਾ ਕਹਿਣਾ ਕਿ ਚੁਣੌਤੀਆਂ ਦੇ ਲੜਦੇ ਹੋਏ ਪਾਰਟੀ ਨੂੰ ਜਿੱਤ ਦਵਾਉਣ ਦੀ ਕੋਸ਼ਿਸ਼ ਕਰਾਂਗੇ। ਦਿੱਲੀ ਤੋਂ ਕੈਮਰਾ ਲਕਸ਼ਣ ਨਾਲ ਨਿਤਿਨ ਮਾਨ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।